ਸਤਿ ਸ਼੍ਰੀ ਅਕਾਲ ਦੋਸਤੋ। ਕਈ ਵਾਰੀ ਜਿਹੜਾ ਕਿ ਤੁਹਾਡਾ ਲਾਸਟ ਲਾੜਾ, ਕਈ ਵਾਰ ਆਪਾਂ ਨਵੀਂ ਪੱਗ ਲਿਆਉਂਦੇ ਹਾਂ ਕਿ ਨਵੀਂ ਪੱਗ ਦਾ ਲਾਸਟ ਲਾੜਾ ਜਿਹੜਾ ਕਿ ਉਹ ਸਹੀ ਨਹੀਂ ਆਉਂਦਾ, ਸੋ ਉਹਦੇ ਕਰਕੇ ਆਪਾਂ ਨੂੰ ਪੱਗ ਜਾਂ ਕੱਟਣੀ ਪੈਂਦੀ ਹੈ ਜਾਂ ਪੱਗ ਖਰਾਬ ਚਲੀ ਜਾਂਦੀ ਹੈ। ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਪੱਗ ਆਪਣੀ ਖਰਾਬ ਨਾ ਹੋਵੇ। ਉਹਦੇ ਲਈ ਇੱਕ ਤਰੀਕਾ ਆਪਾਂ ਵਰਤ ਸਕਦੇ ਹਾਂ। ਪਹਿਲਾਂ ਵੀ ਇੱਕ ਵੀਰ ਨੇ ਵੀਡੀਓ ਪਾਈ ਸੀ, ਸੋ 2-3 ਸਾਲ ਦੀ ਗੱਲ ਆ, ਪਹਿਲਾਂ ਵੀਡੀਓ ਪਾਈ ਸੀ ਅਤੇ ਮੈਂ ਸੋਚਿਆ ਵੀ ਅੱਜ ਉਹ ਟੋਪਿਕ 'ਤੇ ਵੀਡੀਓ ਦੁਬਾਰਾ ਪਾਈ ਜਾਵੇ। ਸੋ ਲੜ ਆਪਣਾ ਇੱਥੇ ਰੁਕ ਜਾਂਦਾ ਜੀ, ਇਹ ਲੜ ਨੂੰ ਆਪਾਂ ਇੱਥੇ ਬੈਕ ਸਾਈਡ ਦੇ ਉੱਤੇ ਦੱਬ ਦੇਵਾਂਗੇ। ਬੈਕ ਸਾਈਡ ਦੇ ਉੱਤੇ ਲੜ ਦੱਬਣ ਤੋਂ ਬਾਅਦ ਆਪਾਂ, ਕਿਉਂਕਿ ਨਵੀਂ ਪੱਗ ਆਪਾਂ ਖਰਾਬ ਨਹੀਂ ਕਰ ਸਕਦੇ ਹੁੰਦੇ, ਸੋ ਉਹਦੇ ਕਰਕੇ ਆਪਾਂ ਇਹ ਚੱਕੋ ਜੀ, ਫੈਕਟਰੀ ਵੀ ਆਪਾਂ ਬਣਾ ਲਈ ਪੱਗ ਦੀ। ਪਹਿਲਾਂ ਮੈਂ ਸੋਚਦਾ ਸੀ ਸਿੱਧਾ ਲੜ ਲਵਾਂਗੇ, ਸਿੱਧਾ ਲੜ ਜਦੋਂ ਆਪਾਂ ਹੁਣ ਪੂਰਾ ਪੂਰਾ ਕੱਪੜਾ ਵਰਤਣਾ। ਸੋ ਪੱਗ ਦੇ ਨਾਲ ਦਾ ਕੱਪੜਾ ਆਪਾਂ ਲੈ ਲੈਣਾ, ਇੱਕ ਗਿੱਠ ਕੱਪੜਾ ਜਿਹੜਾ ਕਿ ਲਿਆ ਆਪਾਂ, ਇਸ ਨੂੰ ਆਪਾਂ ਪੂਣੀ ਦੇ ਵਾਂਗੂ ਇਕੱਠਾ ਕਰ ਲਵਾਂਗੇ, ਅੰਦਰਲੀ ਸਾਈਡ ਮੋੜ ਲੈਣਾ ਪੂਣੀ ਦੇ ਵਾਂਗੂ, ਅਤੇ ਫਿਰ ਇਹਨੂੰ ਵੀ ਆਪਾਂ ਬੈਕ ਸਾਈਡ ਦੇ ਉੱਤੇ ਬਿਲਕੁਲ ਅੰਦਰਲੀ ਸਾਈਡ ਦੱਬਦੇ ਹੋਏ ਵਧੀਆ ਤਰੀਕੇ ਨਾਲ ਲੱਭਣਾ ਕਿ ਲੜ ਢਿੱਲਾ ਨਾ ਲੱਗੇ ਆਪਣਾ। ਸੋ ਇਸ ਤੋਂ ਬਾਅਦ ਦੇ ਵਿੱਚ ਇਹ ਆਪਣਾ, ਇਹ ਮੈਂ ਸਿਰਫ ਇੱਕ ਤਰੀਕਾ ਦੱਸ ਰਿਹਾ, ਆਪਣਾ ਕੱਪੜਾ ਪੂਰਾ ਇਹ ਮਿਲਦਾ ਨਹੀਂ ਹੈਗਾ, ਤਾਂ ਕਿ ਕੋਈ ਵੀ ਵੀਰ ਭਰਾ ਬਾਅਦ ਦੇ ਵਿੱਚ ਇਹ ਨਾ ਕਹੇ ਕਿ ਵੀ ਪੱਗ ਦਾ ਕੱਪੜਾ ਨਹੀਂ ਮੈਚ ਹੁੰਦਾ ਜਾਂ ਇੱਦਾਂ ਨਹੀਂ ਹੁੰਦਾ। ਸੋ ਮੈਂ ਇਹ ਸਿਰਫ ਇੱਕ ਤਰੀਕਾ ਦੱਸ ਰਿਹਾ, ਤੁਸੀਂ ਦੁਕਾਨ ਦੇ ਉੱਤੇ ਸ਼ੋਪ 'ਤੇ ਜਾ ਕੇ ਨਾਲ ਦਾ ਕੱਪੜਾ ਉਹੀ ਜਿੱਦਾਂ ਦੀ ਦਸਤਾਰ ਲਿਆਉਂਦੀ ਹੈ ਉੱਦਾਂ ਦਾ ਲਿਆ ਸਕਦੇ ਹੋ ਅਤੇ ਵਧੀਆ ਲੜ ਲਾ ਸਕਦੇ ਹਾਂ। ਸੋ ਕਿਉਂਕਿ ਕਈ ਵਾਰ ਜਿਹੜੇ ਵੀਰ ਭਰਾ ਜੋਬ 'ਤੇ ਜਾਂਦੇ ਆ ਜਾਂ ਉੱਦਾਂ ਸਕੂਲ ਵਾਲੇ ਵੀਰ ਆ, ਉਹਨਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਆ, ਸਿੱਧਾ ਲੜ ਤੁਸੀਂ ਲਾ ਸਕਦੇ ਹਾਂ ਜਾਂ ਇਸ ਤੋਂ ਇਲਾਵਾ ਸਿੰਪਲ ਇਸ ਤਰੀਕੇ ਨਾਲ ਲੜ ਲਾ ਸਕਦੇ ਹਾਂ। ਸੋ ਜੇਕਰ ਤੁਸੀਂ ਹੋਰ ਵੀ ਘੈਂਟ ਤਰੀਕੇ ਨਾਲ ਲੜ ਲਾਉਣਾ ਤਾਂ ਇੱਧਰੋਂ ਲੜ ਥੋੜ੍ਹਾ ਜਿਹਾ ਹੋਰ ਉੱਪਰ ਅੰਦਰ ਕਰ ਲੈਣਾ, ਅਤੇ ਇੱਧਰੋਂ ਤੁਹਾਡੀ ਕਲਗੀ ਦੇ ਵਾਂਗੂ ਜਿਹੜਾ ਲੜ ਆ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਕਲਗੀ ਦੇ ਵਾਂਗੂ ਲੜ ਆ ਉਹ ਲੱਗ ਜਾਵੇਗਾ। ਸੋ ਕਈ ਵੀਰ ਭਰਾ ਕਹਿੰਦੇ ਹੁੰਦੇ ਆ ਕਿ ਬਿਨਾਂ ਪੱਗ ਪਹਿਨ ਤੋਂ ਕਲਗੀ ਲੜ ਜਿਹੜੀ ਲਾਉਣ ਦੀ ਉਹ ਵੀਡੀਓ ਪਾਈ ਜਾਵੇ, ਉਹ ਵੀ ਆਪਾਂ ਜਲਦੀ ਵੀਡੀਓ ਲੈ ਕੇ ਆਵਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਖੜਾ ਸਕਦੇ ਹੋ ਕਲਗੀ ਲੜ ਬਿਨਾਂ ਪੱਗ ਪਹਿਨ ਤੋਂ। ਸੋ ਇਸ ਤੋਂ ਇਲਾਵਾ ਇੱਕ ਹੋਰ ਤਰੀਕਾ, ਸੋ ਇਸ ਤਰ੍ਹਾਂ ਇਕੱਠਾ ਜਿਹਾ ਕਰਕੇ ਵੀ ਲੜ ਤੁਸੀਂ ਲਾ ਸਕਦੇ ਹੋ। ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਹੋਰ ਵੀਡੀਓ ਦੇ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ, ਧੰਨਵਾਦ।